ਬਹੁਤ ਅੱਛਾ ਲੱਗਾ ਵੋਟ ਪਾ ਕੇ। ਮੈਂ ਕਹਾਂਗੀ ਬਸ ਸਭ ਮੋਦੀ ਨੂੰ ਦੇਣ, ਮੋਦੀ ਜਿੱਤਣ, ਵਿਕਾਸ ਸਵਰਾਜ ਆਏ, ਵਧੀਆ। ਅੱਛਾ ਲੱਗ ਰਿਹਾ ਹੈ, ਫਸਟ ਟਾਈਮ ਹਮਨੇ ਕੁਛ ਵੋਟਿੰਗ ਕੀ ਹੈ ਕਿਸੀ ਕੋ। ਹਰ ਨਾਗਰਿਕ ਕੋ ਯੇ ਅਧਿਕਾਰ ਦਿਆ ਗਿਆ ਹੈ ਗੌਰਮੈਂਟ ਕੀ ਤਰਫ ਸੇ ਕਿ ਹਮ ਆਪਣੀ ਪਸੰਦ ਕੀ ਇੱਕ ਅੱਛੀ ਸਰਕਾਰ ਚੁਣੇ। ਅੱਜ ਲੋਕਤੰਤਰ ਦਾ ਬਹੁਤ ਹੀ ਵੱਡਾ ਤਿਉਹਾਰ ਹੈ ਇਹ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਨਵਨੀਤ ਸਿੰਘ ਚੰਮਾ, ਤੁਸੀਂ ਵੇਖ ਰਹੇ GBC ਅਪਡੇਟ। ਜਿਵੇਂ ਕਿ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਹੋ ਰਿਹਾ ਸੀ, 1 ਜੂਨ ਦਾ ਦਿਨ ਦੀ ਉਡੀਕ ਹੋ ਰਹੀ ਸੀ ਅਤੇ ਅੱਜ 1 ਜੂਨ ਦਾ ਉਹ ਦਿਨ ਆ ਗਿਆ ਜਿੱਥੇ ਵੋਟਿੰਗ ਹੋ ਰਹੀ ਹੈ ਅਤੇ ਨਵੀਂ ਸਰਕਾਰ ਚੁਣਨ ਲਈ ਪੰਜਾਬ ਵਾਸੀਆਂ ਵੱਲੋਂ ਵੋਟਿੰਗ ਵੀ ਕੀਤੀ ਜਾ ਰਹੀ ਹੈ ਅਤੇ ਅੱਜ ਹੁਸ਼ਿਆਰਪੁਰ ਵਿਖੇ ਅਸੀਂ ਪਹੁੰਚੇ ਹਾਂ ਪੋਲਿੰਗ ਬੂਥ 'ਤੇ ਗੱਲਬਾਤ ਕਰਾਂਗੇ। ਹਾਂਜੀ ਮੈਡਮ, ਕੀ ਨਾਮ ਹੈ ਤੁਹਾਡਾ? ਸੁਸ਼ਮਾ ਜੀ। ਹਾਂਜੀ, ਸੀਨੀਅਰ ਸਿਟੀਜ਼ਨ ਹੋ ਤੁਸੀਂ, ਬੜੇ ਔਖੇ ਹੋ ਕੇ ਵੀ ਆਏ ਹੋ, ਕਿਵੇਂ ਦੇਖਦੇ ਹੋ ਇਸ ਵੋਟਿੰਗ ਨੂੰ? ਵੋਟ ਪਾ ਲਈ ਤੁਸੀਂ? ਹਾਂਜੀ ਪਾ ਲਏ ਜੀ, ਪਾ ਲਏ। ਕੀ ਕਹਿਣਾ ਚਾਹੋਗੇ ਜੀ? ਬਹੁਤ ਅੱਛਾ ਲੱਗਾ ਵੋਟ ਪਾ ਕੇ। ਨਵੀਂ ਸਰਕਾਰ ਬਣਾਉਣ ਦੀ ਇੱਕ ਮੰਸ਼ਾ? ਹਾਂਜੀ, ਨਵੀਂ ਸਰਕਾਰ ਬਣਾਉਣ ਦੀ। ਠੀਕ ਹੈ, ਇੰਨਾ ਦੀ ਖੁਸ਼ੀ ਮਹਿਸੂਸ ਕਰਦੇ ਹੋ? ਬਹੁਤ ਅੱਛੀ ਖੁਸ਼ੀ ਮਹਿਸੂਸ ਕਰ ਰਹੀ ਹਾਂ, 2 ਸਾਲ ਤਾਂ ਪਾਈ ਨਹੀਂ ਸੀ, ਇਸ ਵਾਰ ਪਾਈ ਹੈ। ਅੱਛਾ ਜੀ, ਫਸਟ ਟਾਈਮ ਪਾਈ? ਹਾਂਜੀ, ਆ ਇਸ ਟਾਈਮ ਪਾਈ। ਠੀਕ ਹੈ, ਪਰਿਵਾਰ ਨਾਲ ਆਏ ਹੋ? ਹਾਂਜੀ ਪਰਿਵਾਰ ਨਾਲ ਆਏ, ਮੈਨੂੰ ਹੈ, ਮੇਰਾ ਪੁੱਤ ਬੇਟਾ ਮੇਰੇ। ਹਾਂਜੀ, ਤੇ ਸਾਰਿਆਂ ਨੇ ਵੋਟ ਪਾ ਦਿੱਤੀ ਜੀ? ਬਸ ਬੇਟੇ ਨੇ ਪਾਣੀ ਹੈ, ਮੈਨੂੰ ਲੈ ਗਏ ਸੀ ਅੱਗੇ ਵੀ ਚੱਲਿਆ ਨਹੀਂ ਜਾਂਦਾ ਮੇਰੇ ਕੋਲੋਂ, ਇਸ ਲਈ ਮੈਨੂੰ ਆਪਣੇ ਚੱਲਿਆ ਨਹੀਂ ਜਾਂਦਾ। ਫਿਰ ਵੀ ਤੁਸੀਂ ਵੋਟ ਪਾਉਣ ਪਹੁੰਚੇ ਹੋ, ਇੱਕ ਮਨ ਦੇ ਵਿੱਚ ਜਿਹੜੀ ਖੁਸ਼ੀ ਹੋ? ਹਾਂਜੀ, ਬਹੁਤ ਜ਼ਿਆਦਾ ਖੁਸ਼ੀ ਮੈਨੂੰ ਇਸ ਕਰਕੇ। ਅਤੇ ਚੋਣ ਨਿਸ਼ਾਨ ਜਦ ਲੱਗਾ ਹੋਏਗਾ ਦਿਖਾ ਸਕਦੇ ਹੋ ਸਾਨੂੰ? ਹਾਂਜੀ। ਕੀ ਨਾਮ ਹੈ ਜੀ? ਹਾਂਜੀ, ਮੇਰਾ ਨਾਮ ਕਮਲਾ ਹੈ। ਹਾਂਜੀ, ਅੱਜ ਗੱਡੀ 'ਚ ਆਇਆ ਅਤੇ ਅੰਦਰ ਵੀਲ ਚੇਅਰ 'ਤੇ ਵੋਟ ਪਾ ਕੇ ਆਓ, ਅਤੇ ਕੀ ਸੁਨੇਹਾ ਦੇਣਾ ਚਾਹੋਗੇ? ਮੈਂ ਕਹਾਂਗੀ ਬਸ ਸਭ ਮੋਦੀ ਨੂੰ ਦੇਣ, ਮੋਦੀ ਜਿੱਤਣ, ਵਿਕਾਸ ਸਵਰਾਜ ਆਏ, ਵਧੀਆ ਵਧੀਆ ਸਰਕਾਰ ਬਣਨੀ ਚਾਹੀਦੀ। ਬਿਲਕੁਲ ਬਿਲਕੁਲ, ਵਧੀਆ ਸਰਕਾਰ 'ਚ ਮਿਲਣੀ ਚਾਹੀਦੀ, ਸਾਰਿਆਂ ਦਾ ਭਲਾ ਹੋਵੇ, ਹੈ ਨਾ, ਸਭ ਨੂੰ ਭਲਾ ਹੋਵੇ। ਪਰਿਵਾਰ ਸਮੇਤ ਆਏ? ਪਰਿਵਾਰ ਨੇ ਪਾਈ ਵੋਟ? ਬਿਲਕੁਲ, ਹਾਂਜੀ ਸਭ ਨੇ ਪਾਈ ਹੈ। ਕਿਆ ਨਾਮ ਹੈ ਆਪਕਾ? ਵੰਸ਼ਿਕਾ ਕਾਲੀਆ। ਫਸਟ ਟਾਈਮ ਵੋਟਰ ਹੋ ਆਪ? ਹਾਂਜੀ। ਤੋ ਕੈਸਾ ਅਨੁਭਵ ਰਹਾ ਅੱਜ ਕਾ? ਬਹੁਤ ਅੱਛਾ, ਅੱਛਾ ਲੱਗ ਰਿਹਾ ਹੈ, ਫਸਟ ਟਾਈਮ ਹਮਨੇ ਕੁਛ ਵੋਟਿੰਗ ਕੀ ਹੈ ਕਿਸੀ ਕੋ, ਅੱਛਾ ਲੱਗ ਰਿਹਾ ਹੈ। ਤੋ ਨਈ ਸਰਕਾਰ ਬਣਾਉਣੀ ਚਾਹੋਗੇ? ਹਾਂਜੀ, ਸਰਟੀਫਿਕੇਟ ਮਿਲਾ ਤਾਂ ਔਰ ਵੀ ਖੁਸ਼ੀ ਹੋ ਰਹੀ ਹੈ? ਹਾਂਜੀ, ਪੂਰੀ ਪੂਰੀ ਅੱਛਾ ਲੱਗ ਰਿਹਾ ਹੈ, ਖੁਸ਼ੀ ਹੋ ਰਹੀ ਹੈ ਬਸ। ਤੋ ਇਤਨੇ ਦਿਨੋਂ ਕਾ ਜੋ ਵੇਟ ਚੱਲ ਰਹੀ ਥੀ ਕਿ 1 ਤਰੀਕ ਆਏਗੀ, ਤੋ ਕੈਸਾ ਲੱਗ ਰਿਹਾ ਥਾ ਕਿ ਬਹੁਤ ਫੀਲਿੰਗ ਆ ਰਹੀ ਥੀ, ਵੇਟ ਕਰ ਰਹੇ ਥੇ 1 ਜੂਨ ਕੀ? ਐਕਸਾਈਟਮੈਂਟ ਥੀ ਪੂਰੀ ਪੂਰੀ ਕਿ ਹਾਂ ਵੋਟ ਕਰੇਂਗੇ, ਕਿ ਫਸਟ ਟਾਈਮ ਹਮ ਵੀ ਕਿਸੀ ਕੋ ਮਤਲਬ ਜਿਤਾਏਂਗੇ, ਕਿ ਹਾਂ ਹਮੇ ਲੱਗ ਰਿਹਾ ਥਾ ਕਿ ਡਾਲੇਂਗੇ, ਅੱਛਾ ਲੱਗ ਰਿਹਾ। ਤੋ ਪਰਿਵਾਰ ਮੇਂ ਸਭੀ ਨੇ ਡਾਲ ਦੀ? ਹਾਂਜੀ, ਸਭੀ ਨੇ ਡਾਲ ਦੀ ਹੈ। ਤੋ ਕਿਆ ਮੈਸੇਜ ਦੇਣਾ ਚਾਹੋਗੇ? ਮੈਸੇਜ ਬਸ ਇਹੀ ਹੈ ਕਿ ਸਭੀ ਵੋਟ ਕਰੇ, ਸਭੀ ਕੋ ਰਾਈਟ ਹੈ ਇੱਕ ਵੋਟ ਕਰਨੇ ਕਾ, ਚਾਹੇ ਵੋ ਦੂਰ ਹੈ ਚਾਹੇ ਵੋ ਇਧਰ ਹੈ, ਤਬ ਵੀ ਫਿਰ ਵੀ ਉਨਕੋ ਰਾਈਟ ਹੈ ਆਕਰ ਆਪਣੇ ਵੋਟ ਕਰੇ, ਬਸ ਇਹੀ ਕਹੂੰਗੀ। ਜੋ ਵੋਟ ਨਹੀਂ ਕਰਤੇ ਉਨਕੋ ਉਨਕੇ ਲੀਏ ਕਿਆ ਮੈਸੇਜ ਹੈ? ਉਨਕੇ ਲੀਏ ਯਹੀ ਮੈਸੇਜ ਹੈ ਕਿ ਇਹ ਹਮਾਰਾ ਰਾਈਟ ਹੈ, ਹਮੇ ਆਪਣੇ ਦੇਸ਼ ਕੇ ਲੀਏ ਅਗਰ ਹਮੇ ਕਿਸੀ ਕੋ ਜਿਤਾਨਾ ਹੈ ਤੋ ਉਸਕੋ ਵੋਟ ਕਰਨੇ ਚਾਹੀਏ, ਬਿਕੋਜ਼ ਇਹ ਇੱਕ ਹਮਾਰੀ ਉਸਕੇ ਲੀਏ ਹਮੇ ਦਿਆ ਹੁਆ ਹੈ ਕਿ ਹਾਂ ਹਮ ਹਰ ਇੱਕ ਕੋ ਵੋਟ ਕਰੇ ਤਾਂ ਕਿ ਦੇਸ਼ ਕੀ ਤਰੱਕੀ ਹੋ ਸਕੇ, ਬਸ ਥੈਂਕ ਯੂ। ਤੋ ਹਮੇ ਕੈਸਾ ਪਤਾ ਚਲਾ ਗਿਆ ਆਪਣੇ ਵੋਟ ਡਾਲੀ? ਕਿਆ ਨਾਮ ਹੈ ਆਪਕਾ? ਮੇਰਾ ਨਾਮ ਸੋਨੂ ਬਾਲਾ ਹੈ ਜੀ। ਕਿਆ ਕਹਿਣਾ ਚਾਹੋਗੇ, ਆਜ ਆਪਕੀ ਬੇਟੀ ਵੀ ਫਸਟ ਟਾਈਮ ਵੋਟਰ ਹੈ ਤੋ ਆਪ ਵੀ ਵੋਟ ਡਾਲਨੇ ਆਏ? ਹਾਂ, ਬਹੁਤ ਅੱਛਾ ਲੱਗ ਰਿਹਾ ਹੈ ਜੀ, ਇਹ ਬੇਟੀ ਕੀ ਪਹਿਲੀ ਥੀ, ਇਸ ਵਾਰ ਇਸਕੋ ਇਹ ਮਿਲਾ, ਉਸਸੇ ਬੱਚੋਂ ਕੋ ਔਰ ਵੀ ਅੱਛਾ ਲੱਗਤਾ ਹੈ ਸਰਟੀਫਿਕੇਟ ਮਿਲਨੇ ਸੇ, ਤੋ ਇੱਕ ਉਤਸ਼ਾਹ ਐਕਸਾਈਟਮੈਂਟ ਹੋਤੀ ਹੈ ਬੱਚੋਂ ਕੀ ਹਮ ਪਹਿਲੀ ਵਾਰ ਜਾ ਰਹੇ ਹੈ ਔਰ ਹਮੇ ਸਰਟੀਫਿਕੇਟ ਮਿਲੇਗਾ, ਤੋ ਇਹ ਅੱਛਾ ਲੱਗ ਰਿਹਾ ਹੈ।
ਕੋਈ ਮੈਸੇਜ ਦੇਣਾ ਚਾਹੋਗੇ? ਮੈਸੇਜ ਤੋਂ ਇਹੀ ਦੇਣਾ ਚਾਹੂੰਗੀ ਕਿ ਹਰ ਨਾਗਰਿਕ ਕੋ ਇਹ ਅਧਿਕਾਰ ਦਿਆ ਗਿਆ ਹੈ ਗੌਰਮੈਂਟ ਕੀ ਤਰਫ ਸੇ ਕਿ ਹਮ ਆਪਣੀ ਪਸੰਦ ਕੀ ਇੱਕ ਅੱਛੀ ਸਰਕਾਰ ਚੁਣੇ, ਤੋ ਆਪਣੇ ਅਧਿਕਾਰ ਕਾ ਜੋ ਵੋਟਰ ਕਾ ਹੱਕ ਹੈ ਵੋ ਹਰ ਕੋ ਉਸਕਾ ਫਾਇਦਾ ਉਠਾਉਣਾ ਚਾਹੀਏ। ਆਪਣੀ ਪਸੰਦ ਕਾ ਕੈਂਡੀਡੇਟ ਜੋ ਵੀ ਉਨਕੋ ਪਸੰਦ ਹੋ ਉਨਕੋ ਵੋਟ ਕਰੇਂ, ਲੇਕਿਨ ਜ਼ਰੂਰ ਵੋਟ ਕਰੇਂ ਜੋ ਹੈ ਜਿਨਕੇ ਬੱਚੋਂ ਕੋ ਪਹਿਲੀ ਵਾਰ ਜਿਨ੍ਹਾਂ ਵੋਟ ਡਾਲਨੀ ਹੈ ਉਨਕੇ ਲਈ ਵੀ ਮੈਂ ਇਹੀ ਕਹਿਣਾ ਚਾਹੂੰਗੀ ਕਿ ਆਪ ਜ਼ਰੂਰ ਵੋਟ ਕਰੇਂ। ਆਪ ਵੀ ਸੀਨੀਅਰ ਸਿਟੀਜ਼ਨ ਹੋ ਤੋ ਆਪਕੋ ਨਹੀਂ ਸਰਟੀਫਿਕੇਟ ਮਿਲਾ ਕੋਈ? ਨਹੀਂ, ਮੈਂ ਸੀਨੀਅਰ ਸਿਟੀਜ਼ਨ ਨਹੀਂ ਹੂੰ ਅਭੀ, ਅਭੀ ਤੋ 50 ਪਲੱਸ ਮੈਂ ਹੂੰ, ਵੈਸੇ 60 ਪਲੱਸ ਨਹੀਂ ਹੂੰ। ਠੀਕ ਹੈ ਜੀ, ਥੈਂਕ ਯੂ। ਦੇਰ ਤੋਂ ਇੰਤਜ਼ਾਰ ਆ ਰਿਹਾ ਸੀਗਾ ਕਿ ਇੱਕ ਜੂਨ ਆਏਗੀ ਅਤੇ ਵੋਟਿੰਗ ਹੋਏਗੀ, ਅਤੇ ਕਿਵੇਂ ਦੇਖਦੇ ਹੋ ਸਰ ਅੱਜ ਪਹੁੰਚੇ ਹੋ? ਅੱਜ ਲੋਕਤੰਤਰ ਦਾ ਬਹੁਤ ਹੀ ਵੱਡਾ ਤਿਉਹਾਰ ਹੈ ਇਹ। ਇਹਦੇ ਵਿੱਚ ਮੈਂ ਸਾਰੇ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਸਾਡੇ ਨਵੇਂ ਨੌਜਵਾਨ ਵੋਟਰ ਹੈ ਔਰ ਉਹਨਾਂ ਦੇ ਨਾਲ ਨਾਲ ਸਾਡੀਆਂ ਮਹਿਲਾਵਾਂ ਵੋਟਰ ਆ ਜਿਹੜੀਆਂ, ਉਹ ਵੱਧ ਚੜ ਕੇ ਇਹਦੇ ਇਸ ਪਰਵ ਦੇ ਵਿੱਚ ਹਿੱਸਾ ਲੈਣ, ਤਾਂ ਜੋ ਅਸੀਂ ਇੱਕ ਸਾਫ਼ ਸੁਥਰੀ ਸਰਕਾਰ ਚੁਣ ਸਕੀਏ ਜਿਹਦੇ ਵਿੱਚ ਸਾਨੂੰ ਕੋਈ ਭੁਲੇਖਾ ਨਾ ਰਹੇ ਕਿ ਅਸੀਂ ਇਹਦੇ ਵਿੱਚ ਇਸ ਪਰਵ ਦੇ ਵਿੱਚ ਹਿੱਸਾ ਨਹੀਂ ਲਿਆ, ਸਾਡੀ ਹਿੱਸੇਦਾਰੀ ਨਹੀਂ ਪਈ। ਔਰ ਮੈਂ ਇਹੀ ਅਪੀਲ ਕਰਾਂਗਾ ਕਿ ਵੱਧ ਤੋਂ ਵੱਧ ਲੋਕ ਆਪਣੇ ਘਰਾਂ ਤੋਂ ਬਾਹਰ ਆਉਣ, ਮੌਸਮ ਨਾ ਦੇਖਣ, ਗਰਮੀ ਹੈ, ਤੂਫਾਨ ਹੈ, ਮੀਂਹ ਹੈ, ਹਨੇਰੀ ਹੈ, ਜਿੰਨੀ ਅਸੀਂ ਵੋਟ ਪਾ ਸਕਦੇ ਵੱਧ ਤੋਂ ਵੱਧ ਵੋਟ ਪਾਈਏ, ਜੋ ਕਿ ਸਾਡੇ ਇਲੈਕਸ਼ਨ ਕਮਿਸ਼ਨ ਨੇ ਵੀ ਜਿੰਨੀ ਮਿਹਨਤ ਕੀਤੀ ਹੈ ਇਸ ਪਰਵ ਨੂੰ ਸਫਲ ਬਣਾਉਣ ਲਈ, ਅਸੀਂ ਉਹਦੇ ਹਿੱਸੇਦਾਰ ਬਣੀਏ।